ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਭਾਜਪਾ ਦੀ ਗੁੰਡਾਗਰਦੀ ਨਹੀਂ ਚੱਲਣ ਦਿਆਂਗੇ ਭਾਜਪਾ ਦੀ ਗੁੰਡਾਗਰਦੀ ਤੁਸੀਂ ਅੱਜ ਤੁਹਾਡਾ ਫਿਰ ਵੱਡਾ ਪੱਤ ਤੇ ਸਹਿਯੋਗ ਮਿਲਿਆ, ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਆਏ ਜੇ, ਸਾਡੀ ਗੱਲ ਸੁਣਨ ਆਏ ਜੇ। ਇੱਕ ਤਾਂ ਹੈਗਾ ਵੀ ਸ਼ੰਭੂ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉਹਨੂੰ ਦੂਜਾ ਦਿਨ ਹੋ ਗਿਆ। ਕੱਲ ਉਸ ਮਸਲੇ ਤੇ ਸਿਰਫ ਇੱਕ ਦੌਰ ਦੀ ਗੱਲਬਾਤ ਹੋਈ ਸੀਗੀ ਉੱਥੋਂ ਦੇ ਪਟਿਆਲਾ ਰੇਂਜ ਦੇ DIG SSP ਨਾਲ। ਜਿਹੜੇ ਤਿੰਨ ਕਿਸਾਨ ਹਰਿਆਣੇ 'ਚ ਗ੍ਰਿਫਤਾਰ ਹੋਇਆ, ਅਨਿਸ਼ ਖਟਕੜ ਜੀ, ਨਵਦੀਪ ਤੇ ਗੁਰਕਿਰਤ ਸਿੰਘ, ਉਹਨਾਂ ਦੀ ਰਿਹਾਈ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਵੱਡੇ ਲੀਡਰ ਵੱਡੇ ਅਫਸਰ ਸਾਹਿਬਾਨ ਹਰਿਆਣਾ ਦੇ ADGP ਤੱਕ ਉਹ ਮੰਨ ਕੇ ਗਏ ਸੀਗੇ 10 ਵਾਲੀ ਮੀਟਿੰਗ ਦੇ ਵਿੱਚ ਵੀ ਸਾਨੂੰ 16 ਤੱਕ ਦਾ ਸਮਾਂ ਦੇ ਦਿਓ, ਅਸੀਂ ਰਿਹਾ ਕਰ ਦਾਂਗੇ, ਪਰ ਉਹ ਛੱਡੇ ਨਹੀਂ ਗਏ। ਤੋ ਇਸ ਕਰਕੇ ਉਹ ਅੰਦੋਲਨ ਸਾਡਾ ਕੰਟੀਨਿਊਟੀ ਆ, ਜਾਰੀ ਆ, ਜਾਰੀ ਰੱਖਾਂਗੇ ਉਹਨੂੰ। ਔਰ ਹਜੇ ਤੱਕ ਉਹ ਦੂਜੇ ਦੌਰ ਦੀ ਗੱਲਬਾਤ ਅੱਗੇ ਨਹੀਂ ਸ਼ੁਰੂ ਹੋਈ ਹੋਏਗੀ। ਇਹਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੋਊਗਾ ਵੀ ਜਿਹੜੀ ਅਸੀਂ ਭਾਜਪਾ ਗਠਜੋੜ ਨੂੰ ਸਵਾਲ ਕਰਨ ਦਾ ਫੈਸਲਾ ਕੀਤਾ, ਤੁਹਾਡੇ ਕੋਲ ਸਾਰਾ ਮੈਟਰ ਆਇਆ ਗਿਆ, ਔਰ ਇਹਦੇ ਵਿੱਚ ਅਸੀਂ ਦੋ ਧਿਰਾਵਾਂ ਉਹਨਾਂ ਨੂੰ ਵੀ ਸਵਾਲ ਕੀਤੇ ਜਾਣ, ਉਹਨਾਂ ਨੂੰ ਵੀ ਸਵਾਲ ਹੋਣੇ ਚਾਹੀਦੇ ਆ। ਜਿਵੇਂ ਵੀ WTO ਦੇ ਉੱਤੇ ਸਾਰੀਆਂ ਪਾਰਟੀਆਂ ਦਾ ਕੀ ਪੋਜੀਸ਼ਨ ਹੈਗੀ ਆ WTO ਦੇ ਉੱਤੇ, ਜਾਂ ਕਾਂਗਰਸ ਨੇ MSP ਤੇ ਬੋਲਿਆ, ਕੁਝ ਹੋਰ ਤੇ ਬੋਲਿਆ, ਪਰ ਕਰਜ਼ਾ ਮੁਕਤੀ ਤੇ ਕੋਈ ਕਾਂਗਰਸ ਦਾ ਸਟੈਂਡ ਕਲੀਅਰ ਨਹੀਂ ਆਇਆ ਹੈਗਾ। ਤੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਇਹਨਾਂ ਮੰਗਾਂ ਤੇ ਵੀ ਜੇ ਉਹਨਾਂ ਦੀ ਸੱਤਾ ਆਉਂਦੀ ਆ ਉਹਨਾਂ ਨੂੰ MP ਜਿੱਤ ਕੇ ਜਾਂਦੇ ਆ, ਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਉਹ ਕੀ ਸਜ਼ਾਵਾਂ ਦਵਾਉਣਗੇ, ਕਿਵੇਂ ਸਜ਼ਾ ਦੇਣਗੇ, ਜਾਂ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਉਹਨਾਂ ਬਾਰੇ ਉਹਨਾਂ ਦਾ ਕੀ ਫੈਸਲਾ ਹੋਊਗਾ। ਇਹ ਗੱਲਾਂ ਸਾਰੀਆਂ ਪਾਰਟੀਆਂ ਸਪਸ਼ਟ ਕਰਨ। ਜਿਹੜੀ ਭਾਜਪਾ ਗਠਜੋੜ ਆ ਉਹਨੂੰ ਅੱਡ ਕਿਸਮ ਦੇ ਸਵਾਲ ਹੋਣੇ, 10 ਸਾਲ ਦਾ ਸੱਤਾ ਦਾ ਆਨੰਦ ਮਾਣਿਆ, ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚੋਣ ਮੈਨੀਫੈਸਟੋ ਵਿੱਚ ਕੀ ਪਾ ਰਹੀਆਂ ਨੇ, ਇਹ ਸਵਾਲ ਵੀ ਅਸੀਂ ਕਰਾਂਗੇ। ਇਹਦੇ ਨਾਲ ਦੀ ਨਾਲ ਜਿਵੇਂ ਪਤਾ ਵਾ ਵੀ ਦੋਵੇਂ ਫੋਰਮਾਂ ਵੱਲੋਂ ਭਾਜਪਾ ਗਠਜੋੜ ਦੇ ਜਿਹੜੇ ਜਦੋਂ ਪਿੰਡ 'ਚ ਆਉਣਗੇ ਜਿਹੜੇ ਨੁਮਾਇੰਦੇ ਉਹਨਾਂ ਦੇ, ਉਹਨਾਂ ਨਾਲ ਸਵਾਲ ਕੀਤੇ ਜਾਣਗੇ। ਪੂਰੇ ਪੰਜਾਬ ਵਿੱਚ, ਹਰਿਆਣੇ ਵਿੱਚ, ਦੇਸ਼ ਵਿੱਚ ਚੱਲ ਰਿਹਾ ਹੈਗਾ। ਇਸੇ ਤਰੀਕੇ ਨਾਲ ਕੱਲ੍ਹ ਆਪਣਾ ਪਿੰਡ ਹੈਗਾ ਪਿੱਟੇਵਿੱਡ, ਉੱਥੇ ਭਾਜਪਾ ਦੇ ਜਿਹੜੇ ਮੁਖਵਿੰਦਰ ਸਿੰਘ ਜੀ ਮਾਹਲ, ਇਹ ਮੁੱਖ ਬੁਲਾਰਾ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ। ਇਹ ਰਾਜਾ ਸਾਸੀ ਤੋਂ ਪਹਿਲੋਂ ਇਲੈਕਸ਼ਨ ਵੀ ਲੜ ਚੁੱਕੇ ਆ, ਜਿੱਤ ਨਹੀਂ ਸਕੇ, ਠੀਕ ਹੈ ਜੀ। ਉਹ ਕੱਲ੍ਹ ਪਿੱਟੇਵੱਡ ਪਿੰਡ ਵਿੱਚ ਗਏ ਸੀਗੇ, ਔਰ ਉੱਥੇ ਸਾਡੀ ਜਥੇਬੰਦੀ ਨੇ ਵੀ ਉੱਥੇ ਇਕੱਠੇ ਹੋਏ ਸ਼ਾਂਤਮਈ ਢੰਗ ਨਾਲ, ਠੀਕ ਹੈ। ਅਸੀਂ ਤੁਹਾਨੂੰ ਆਪਣਾ ਪਿੱਟੇਵੱਡ ਸਾਹਿਬ ਨਰਿੰਦਰ ਸਿੰਘ ਜੀ ਇੱਥੇ ਆ ਜਾਣੇ, ਆਏ ਨਹੀਂ ਸੀ, ਤੁਹਾਡੀ ਰੂਬਰੂ ਕਰਵਾ ਦਿਆਂਗੇ। ਤੋ ਉਹਨਾਂ ਉੱਥੇ ਗਏ ਸੀ, ਉਹਨਾਂ ਦੀ ਗਵਾਹੀ ਦੇ ਵਿੱਚ ਸ਼ਾਂਤਮਈ ਢੰਗ ਨਾਲ ਪਹਿਲੋਂ ਤਾਂ ਇਹ ਪਤਾ ਹੋ ਲੱਗਾ ਵੀ ਉਹ ਜਿਹੜੇ ਮਾਹਲ ਸਾਹਿਬ ਨੇ ਮੁਖਵਿੰਦਰ ਸਿੰਘ ਜੀ, ਉਹਨਾਂ ਦਾ ਕੋਈ ਨਿੱਜੀ ਪ੍ਰੋਗਰਾਮ ਹੈ, ਰਿਸ਼ਤੇਦਾਰੀ 'ਚ ਮਿਲਣ ਆ ਰਹੇ ਨੇ। ਇਹ ਕਨਫਰਮੇਸ਼ਨ ਕਰਨ ਗਏ ਵਰਕਰ ਵੀ, ਜੇ ਉਹਨਾਂ ਦਾ ਘਰ ਕਿਸੇ ਨੂੰ ਮਿਲਣ ਆ ਰਹੇ ਤਾਂ ਆਪਾਂ ਵਿਰੋਧ ਨਹੀਂ ਕਰਨਾ ਹੈਗਾ ਕੋਈ ਘਰ ਆ ਰਿਹਾ। ਫਿਰ ਜਦੋਂ ਪਤਾ ਕੀਤਾ ਗਿਆ, ਉੱਥੇ ਚੌਂਕੀਦਾਰ ਜਦੋਂ ਪਿੰਡ ਵਿੱਚ ਸਨਾਹ ਲਾ ਰਿਹਾ ਸੀਗਾ ਵੀ ਉੱਥੇ ਬੰਦੇ ਇਕੱਠੇ ਕਰਨੇ ਆ, ਫਿਰ ਪਤਾ ਲੱਗ ਗਿਆ ਵੀ ਇਹ ਤਾਂ ਜਲਸਾ ਹੋਣ ਲੱਗਾ ਵਾ, ਤਾਂ ਫਿਰ ਉੱਥੇ ਗੱਲ ਵੀ ਕੀਤੀ ਗਈ ਆ। ਉਦੋਂ ਬਾਅਦ ਜਦੋਂ ਸਾਡੇ ਬੰਦੇ ਉੱਥੇ ਖਲੋਤੇ ਸੀ, ਉਹ ਪਰਿਵਾਰ ਦੇ ਬੰਦੇ ਆ ਕੇ ਲੜਨ ਲੱਗ ਪਏ। ਉਹਨਾਂ ਨੂੰ ਇਹ ਸਮਝਾਇਆ ਗਿਆ ਵੀ ਅਸੀਂ ਇਕੱਲਾ ਮੁਖਵਿੰਦਰ ਸਿੰਘ ਮਾਹਲ ਜਿਹੜੇ ਭਾਜਪਾ ਦੇ ਨੁਮਾਇੰਦਗੀ ਕਰ ਰਹੇ, ਇਹਦਾ ਵਿਰੋਧ ਨਹੀਂ ਕਰ ਰਹੇ, ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਵਾ, ਤੇ ਇਹ
ਤੁਹਾਡੇ ਵਾਸਤੇ ਵੀ ਹੈ ਜਿਹੜੇ ਤੁਸੀਂ ਪਰਿਵਾਰ ਇਹਨਾਂ ਨੂੰ ਸੱਦ ਰਹੇ ਜੇ, ਤੁਹਾਡੇ ਵਾਸਤੇ ਵੀ ਮੰਗਾਂ ਸਾਡੀਆਂ ਸਾਂਝੀਆਂ ਵਾ, ਕੋਈ ਇੰਡੀਵਿਜੁਅਲ ਨਹੀਂ ਹੈਗਾ। ਚਲੋ ਉਹ ਕਾਫੀ ਅਗਰੈਸਿਵ ਸੀਗੇ, ਉਹ ਲੜ ਲੁੜ ਕੇ ਚਲੇ ਗਏ, ਪਰ ਆਪਣੇ ਬੰਦੇ ਨਾਲ ਸਮਝਾ ਕੇ ਭੇਜਤਾ। ਫਿਰ ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਨੂੰ ਵੀ ਕਿਹਾ ਵੀ ਜੇ ਤੁਸੀਂ ਪੀਸਫੁਲੀ ਢੰਗ ਨਾਲ ਮੁਖਵਿੰਦਰ ਸਿੰਘ ਮਾਹਲ ਨਾਲ ਸਾਡੇ ਜਿਹੜੇ ਆ ਉਹ ਸਵਾਲ ਜਵਾਬ ਕਰਵਾ ਦਿਓਗੇ, ਜੇ ਸਵਾਲ ਜਵਾਬ ਕਰਾ ਦਿਓਗੇ ਤਾਂ ਫਿਰ ਸ਼ਾਇਦ ਅਸੀਂ ਵਿਰੋਧ ਬਣਾ ਕਰੀਏ। ਪਰ ਪ੍ਰਸ਼ਾਸਨ ਨੇ ਕਿਹਾ ਵੀ ਠੀਕ ਹੈ, ਅਸੀਂ ਤੁਹਾਡੇ ਸਵਾਲ ਜਵਾਬ ਕਰਾ ਦਿੰਦੇ ਹਾਂ। ਪਰ ਸਾਡੇ ਕਿਸਾਨਾਂ ਨੂੰ ਕੋਈ ਪੁੱਛੇ ਸਵਾਲ ਜਵਾਬ ਦਾ ਮੌਕਾ ਨਹੀਂ ਦਿੱਤਾ ਗਿਆ, ਸਿੱਧਾ ਮੁਖਵਿੰਦਰ ਸਿੰਘ ਜੀ ਮਾਹਲ ਜਲਸੇ ਵਾਲੀ ਥਾਂ ਤੇ ਚਲੇ ਗਏ। ਜਦੋਂ ਜਲਸੇ ਵਾਲੀ ਥਾਂ ਤੇ ਗਏ ਨੇ, ਫਿਰ ਸਾਡੇ ਬੰਦਿਆਂ ਨੇ ਨਾਅਰੇਬਾਜ਼ੀ ਕੀਤੀ ਆ, ਥੋੜਾ ਗਾਂਹ ਵਧੇ ਆ, ਜਿੱਥੇ ਸਰਕਾਰ ਨੇ ਰੱਸੀ ਲਾਈ ਹੋਈ ਉਦੋਂ ਗਾਂਹ ਤਾਂ ਵਧੇ ਨਹੀਂ ਹੈਗੇ। ਤੋ ਉਹ ਬੰਦੇ ਜਲਸੇ ਤੋਂ ਜਿਵੇਂ ਵੀਡੀਓ ਦੱਸ ਰਹੀ, ਬਹੁਤ ਦੂਰ ਆ ਕੇ ਸਾਡੇ ਬੰਦਿਆਂ ਦੇ ਉੱਤੇ ਹਮਲਾਵਰ ਹੋ ਰਿਹਾ, ਕੁੱਦ ਕੁੱਦ ਕੇ ਪੈ ਰਹੇ ਆ। ਔਰ SHO ਜਿਹੜਾ ਮੌਕੇ ਤੇ ਆ, SHO ਕੁਲਵਿੰਦਰ ਸਿੰਘ, ਸਬ ਇੰਸਪੈਕਟਰ ਨੇ ਕੁਲਵਿੰਦਰ ਸਿੰਘ, ਉਹ ਮੌਕੇ ਤੇ ਖੜੇ ਆ ਔਰ ਉਹ ਲਗਾਤਾਰ ਉਹਨਾਂ ਨੂੰ ਕੁਛ ਵੀ ਨਹੀਂ ਕਹਿ ਰਹੇ ਹੈਗੇ। ਔਰ ਸਾਡੇ ਬੰਦਿਆਂ ਦੇ ਜਿਵੇਂ ਰੋੜੇ ਮਾੜੇ ਗਏ, ਬਹੁਤ ਸਾਡੇ ਕਿਸਾਨ ਜ਼ਖਮੀ ਹੋਏ ਆ ਔਰ ਗੁੰਡਾ ਕਰਦੀ ਆ। ਤੁਸੀਂ ਦੇਖ ਰਹੇ ਹੋ ਸਾਡੇ ਵਾਲੇ ਪਾਸੋਂ ਉਸ ਵੀਡੀਓ 'ਚ ਵੀ ਕੋਈ ਰੋੜਾ ਚੱਲਦਾ ਨਹੀਂ ਨਜ਼ਰ ਆ ਰਿਹਾ, ਕੁਛ ਮੀਡੀਆ 'ਚ ਵੀ ਦੋਵੇਂ ਪਾਸੇ ਚੱਲਿਆ। ਉਹ ਵੀਡੀਓ ਦੇਖ ਲਓ, ਦੂਜੇ ਪਾਸੇ ਸਗੋਂ ਬਚਾਅ ਕੀਤਾ ਜਾ ਰਿਹਾ, ਪਿੱਠ ਪਛਾਣ ਨੂੰ ਕਰਕੇ ਆਪਣੇ ਸਿਰ ਬਚਾਉਂਦੇ ਹੋਏ ਸਾਡੇ ਕਿਸਾਨ ਪਛਾਣ ਨੂੰ ਭੱਜ ਰਹੇ ਨੇ, ਤੇ ਪੁਲਿਸ ਵੱਲੋਂ ਕੋਈ ਵਿੱਚ ਨਹੀਂ ਖਲੋਤਾ ਗਿਆ ਜਾਂ ਉਹਨਾਂ ਨੂੰ ਫੜਨ ਦਾ। ਪੁਲਿਸ ਦੇ ਸਾਹਮਣੇ ਬੰਦੇ ਭੱਜੇ ਆ ਨਾ, SHO ਮੌਕੇ ਤੇ ਆ, ਰੋੜੇ ਮਾਰ ਕੇ ਬੰਦੇ ਭੱਜੇ ਆ, ਗ੍ਰਿਫਤਾਰ ਕੀਤੇ ਜਾ ਸਕਦੇ ਸੀਗੇ, ਉਹਨਾਂ ਨੇ। ਤੋ ਇਹ ਸਾਹਮਣੇ ਇਹ ਗੁੰਡਾਗਰਦੀ ਆ ਭਾਜਪਾ ਦੀ, ਜਿਹੜੀ ਭਾਜਪਾ ਜ਼ਬਰਦਸਤੀ ਪਿੰਡਾਂ ਵਿੱਚ ਜਾ ਕੇ ਵਿਰੋਧ, ਇਹ ਡੈਮੋਕਰੇਟਿਵ ਸਾਨੂੰ ਹੱਕ ਹੈਗਾ ਅਸੀਂ ਉਹਨਾਂ ਨੂੰ ਸਵਾਲ ਕਰੀਏ, ਸਾਡੇ ਨੁਮਾਇੰਦੇ ਆ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣੇ ਆ ਤੇ ਉਹ ਆਮ ਲੋਕਾਂ ਨੇ ਵੋਟਾਂ ਪਾਈਆਂ, ਕਿਸਾਨਾਂ ਨੇ ਵੀ ਵੋਟਾਂ ਪਾਈਆਂ, ਤਾਂ ਉਹਨਾਂ ਨੂੰ ਹੱਕ ਕਿਉਂ ਨਹੀਂ ਹੈਗਾ ਵੀ ਜਦੋਂ ਉਹ ਆਉਣ ਤੇ ਅਸੀਂ ਜਿਹੜਾ ਵਾ ਉਹਨਾਂ ਦੇ ਸਵਾਲ ਕਰੀਏ। ਇਸ ਕਰਕੇ ਕੱਲ੍ਹ ਵਾਲੀ ਘਟਨਾ ਤੋਂ ਲੈ ਕੇ ਅਸੀਂ ਜਿਹੜਾ ਵਾ ਇਹ ਅੱਜ SSP ਦਿਹਾਤੀ ਦੇ ਧਰਨਾ ਰੱਖਿਆ ਵਾ, ਹੁਣ ਤੋਂ ਬਾਅਦ ਤੁਹਾਡੇ ਤੋਂ ਬਾਅਦ ਅਸੀਂ SSP ਦਿਹਾਤੀ ਦੇ ਧਰਨਾ ਦੇਣ ਜਾ ਰਹੇ ਹਾਂ। ਔਰ ਜਿਹੜਾ ਇਹ ਜਿਹੜੇ ਆ ਮੁਖਵਿੰਦਰ ਸਿੰਘ ਜੀ ਮਾਹਲ ਜਿਹੜੇ ਹੈਗੇ ਨੇ, ਇਹ ਤੇ ਇਹਨਾਂ ਦੇ ਨਾਲ ਅਨੂਪ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਪਿੱਟੇਵੱਡ ਜਿਹੜੇ ਉੱਥੇ ਸੀਗੇ, ਕੇਵਲ ਸਿੰਘ ਪੁੱਤਰ ਅਨੂਪ ਸਿੰਘ ਪਿੰਡ ਪਿੱਟੇਵੱਡ, ਇਹ ਵੀ ਜਸਬੀਰ ਸਿੰਘ ਪੁੱਤਰ ਰਵੇਲ ਸਿੰਘ ਪਿੰਡ ਪਿੱਟੇਵੱਡ, ਤੇਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਪਿੱਟੇਵੱਡ, ਇਹਨਾਂ ਦੇ 22 ਨਾਮ ਮਾਹਲ ਸਾਹਿਬ ਦੀ ਗੱਲ 'ਚ 22 ਨੇਮ ਇਹਨਾਂ ਦੀ ਪਰਚੇ ਦਰਜ ਹੋਣੇ ਚਾਹੀਦੇ ਆ ਫੌਰੀ। 307 ਦੇ ਜਾਨਲੇਵਾ ਹਮਲਾ ਸਾਡੇ ਬੰਦਿਆਂ 'ਤੇ ਇਹਨਾਂ ਨੇ ਕੀਤਾ ਵਾ, ਔਰ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਔਰ ਜਿਵੇਂ SHO ਦੀ ਹਾਜ਼ਰੀ ਵਿੱਚ SHO ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ DSP ਜਨਾਲਾ ਰਾਜ ਕੁਮਾਰ, ਇਹ ਦੋਸ਼ੀ ਨੇ। ਐਂ ਲੱਗਦਾ ਵੀ ਜਿਵੇਂ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਆ। ਜੇ ਇਲੈਕਸ਼ਨ ਕਮਿਸ਼ਨ ਸਾਰੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲ ਰਿਹਾ, ਸਾਨੂੰ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਪੀਲ ਆ ਵੀ ਤੁਰੰਤ ਇਹ ਘਟਨਾ ਦੀ ਇਨਕੁਆਇਰੀ ਕੀਤੀ ਜਾਵੇ। ਔਰ ਜਿਵੇਂ ਡੈਮੋਕ੍ਰੇਸੀ ਵਿੱਚ ਸਾਨੂੰ ਹੈਲਦੀ ਡੈਮੋਕ੍ਰੇਸੀ ਤਾਂ ਹੀ ਹੁੰਦੀ ਆ ਜਿੱਥੇ ਸਵਾਬ ਜਵਾਬ ਹੋਣ, ਇਸ SHO ਦੀ DSP ਦੀ ਇਨਕੁਆਇਰੀ ਕੀਤੀ ਜਾਵੇ, ਇਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਣਾ ਚਾਹੀਦਾ ਔਰ ਇਨਕੁਆਇਰੀ ਤੋਂ ਬਾਅਦ ਡਿਸਮਿਸ ਹੋਣੇ ਚਾਹੀਦੇ ਇਹ ਬੰਦੇ, ਔਰ ਇਹ ਪੂਰੀ ਤਰ੍ਹਾਂ ਚੋਣ ਪ੍ਰਕਿਰਿਆ ਦੇ ਵਿੱਚ ਪ੍ਰਭਾਵ ਪਾਉਣਗੇ। ਔਰ ਸਾਡਾ ਸਾਫ਼ ਕਹਿਣਾ ਵੀ SHO ਕੁਲਵਿੰਦਰ ਸਿੰਘ ਜਿਹੜਾ ਸਬ ਇੰਸਪੈਕਟਰ ਆ, ਇਹ ਮੁਖਵਿੰਦਰ ਸਿੰਘ ਮਾਹਲ ਨਾਲ ਰਲਿਆ ਹੋਇਆ, ਉਹਦੇ ਫੋਨ ਟਰੇਸ ਕਰਨੇ ਚਾਹੀਦੇ ਆ ਕਿਵੇਂ। ਔਰ ਇੱਕ ਚੈਨਲ ਦੇ ਵਿੱਚ ਅੱਜ ਬਹਿ ਕੇ ਪੂਰੀ ਤਰ੍ਹਾਂ ਭਾਜਪਾ ਦੇ ਬੁਲਾਰੇ ਵਜੋਂ SHO ਕੁਲਵਿੰਦਰ ਸਿੰਘ ਨੇ ਆਪਦਾ ਬਿਆਨ ਦਿੱਤਾ ਵਾ, ਔਰ ਉਹ ਕਹਿ ਰਿਹਾ ਸੀ ਅਸੀਂ ਕਹਿੰਦੇ ਸਾਹਮਣੇ ਸਾਡੇ ਆਓ, ਸਾਡੇ ਕਿਸਾਨ ਨਰਿੰਦਰ ਸਿੰਘ ਵੀ ਆ ਗਏ ਆ, ਸਾਹਮਣੇ ਬਹਿ ਕੇ ਮੀਡੀਆ ਦੇ ਵਿੱਚ ਡਿਬੇਟ ਕਰ ਲੈਂਦੇ ਆ ਵੀ ਕਿਸਾਨਾਂ ਦਾ ਕਸੂਰ ਸੀਗਾ। SHO ਦੀ ਵਰਸ਼ਨ ਦੇਖੋ, SHO ਕਦੀ ਨਹੀਂ ਐਂ ਬੋਲਦਾ ਵੀ ਫਿਰ ਜੀ ਜੇ ਰਿਐਕਸ਼ਨ ਕੋਈ ਵਾਰ ਦਾ ਰਿਐਕਸ਼ਨ ਵੀ ਕਰਦੇ ਹੁੰਦੇ, ਉਹ ਵੱਟੇ ਮਾਰਨ ਵਾਲਿਆਂ ਨੂੰ ਰੋੜੇ ਮਾਰਨ ਨੂੰ ਜਾਇਜ਼ ਠਹਿਰਾ ਰਹੇ ਆ ਵੀ ਕਿਸਾਨਾਂ ਦੀ ਨਾਅਰੇਬਾਜ਼ੀ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਆਇਆ ਤੇ ਇਹ ਰੋੜੇ ਮਾਰਨਾ ਬਿਲਕੁਲ ਜਾਇਜ਼ ਆ।
ਔਰ ਭਾਜਪਾ ਦਾ ਬੁਲਾਰਾ ਬਣ ਰਿਹਾ ਹੈਗਾ ਵਾ ਜਿਹੜਾ SHO ਕੁਲਵਿੰਦਰ ਸਿੰਘ ਆ। ਤੋ ਇਸ ਕਰਕੇ ਸਾਰੀ ਸਾਹਿਬ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦੇ ਵੀ ਇਸ ਬੰਦੇ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਵੇ, ਇਹਦੀ ਇਨਕੁਆਇਰੀ ਕਰਕੇ ਇਹਨੂੰ ਡਿਸਮਿਸ ਕੀਤਾ ਜਾਵੇ। ਇਹ ਹਮਲੇ ਦੁਬਾਰਾ ਤੁਹਾਡੇ ਸਾਹਮਣੇ ਕਹਿੰਦੇ ਹਾਂ ਵੀ ਜਿਵੇਂ ਭਾਜਪਾ ਕੋਲ ਡਰਦੇ ਹੋਏ ਬਹੁਤ ਸਾਰੇ ਲੀਡਰ ਪੰਜਾਬ ਦੇ, ED ਕੋਲ ਡਰਦਿਆਂ ਹੋਇਆ, ਠੀਕ ਹੈ, CBI ਕੋਲ ਡਰਦਿਆਂ ਹੋਇਆ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਆ, ਉਵੇਂ ਬਹੁਤ ਸਾਰੇ ਪੁਲਿਸ ਦੇ ਅਫਸਰਾਂ ਨੇ ਜੇ ਕੋਈ ਕਰਪਸ਼ਨ ਕੀਤੀ ਆ ਸਾਨੂੰ ਲੱਗਦਾ ਵੀ ਭਾਜਪਾ ਕੋਲ ਡਰ ਰਹੇ ਨੇ, ਔਰ ਟੇਢੇ ਢੰਗ ਨਾਲ ਭਾਜਪਾ ਦਾ ਸਮਰਥਨ ਕਰ ਰਹੇ ਨੇ। ਤੇ ਜਿਹੇ ਅਫਸਰ ਰਹੇ ਅਸੀਂ ਸਾਫ਼ ਕਹਿੰਦੇ ਹਾਂ ਅੰਮ੍ਰਿਤਸਰ ਦੇ ਵਿੱਚ ਭਾਜਪਾ ਦੇ ਗੁੰਡੇ ਸਾਡੇ ਬੰਦਿਆਂ ਨੂੰ ਮਰਵਾ ਵੀ ਸਕਦੇ ਆ, ਸਾਡਾ ਸਾਫ਼ ਕਹਿਣਾ। ਇਸ ਕਰਕੇ ਦੇਸ਼ ਦੀਆਂ ਏਜੰਸੀਆਂ ਸੁਚੇਤ ਹੋਣ, ਇਹ ਟਕਰਾਅ ਪੁਲਿਸ ਜਾਣ ਬੁੱਝ ਕੇ ਪੁਲਿਸ ਦੀ ਹਾਜ਼ਰੀ ਵਿੱਚ ਹੋ ਰਿਹਾ, ਔਰ ਇਹ ਟਕਰਾਅ ਵਧੂਗਾ ਜੇ ਪੁਲਿਸ ਨੇ ਇਹ ਹੁਣ ਘਟਨਾ ਦੀ ਜਾਂਚ ਨਾ ਕੀਤੀ। ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਆ, ਮੇਰੇ ਨਾਲ ਜਿਹੜੇ ਅਗਵਾਈ ਕਰ ਰਹੇ ਸੀ ਨਰਿੰਦਰ ਸਿੰਘ ਜੀ ਪਿੱਟੇਵੜ ਉਹ ਵੀ ਆਏ ਨੇ, ਔਰ ਜਿਹੜੇ ਬੰਦੇ ਜ਼ਖਮੀ ਆ ਉਹ ਵੀ ਤੁਹਾਡੇ ਸਾਹਮਣੇ ਅੱਜ ਅਸੀਂ ਪੇਸ਼ ਕਰਦੇ ਹੈਗੇ ਹਾਂ। ਲਿਆਓ ਇੱਕ ਜ਼ਖਮੀ ਜਿਹੜਾ ਸਾਡਾ ਸੀਗਾ, ਔਰ ਇਹ ਦੱਸ ਦੇਣਗੇ ਥੋੜੇ ਮਿੰਟਾਂ 'ਚ ਵੀ ਕੀ ਉੱਥੇ ਘਟਨਾ ਹੋਈ, ਕੀ ਗੱਲ ਹੋਈ। ਇੱਕ ਮਿੰਟ ਪਹਿਲੋ ਨਰਿੰਦਰ ਸਿੰਘ ਜੀ ਨੂੰ, ਜੋ ਕੱਲ ਪਿੰਡ ਪਿੱਟੇਵੱਟ ਦੇ ਵਿੱਚ ਬਾਰਡਰਾਂ ਦੇ ਉੱਤੇ ਜਿਹੜਾ ਮੋਰਚਾ ਚੱਲਣ ਡਿਆ ਆ, ਦੋ ਫੋਰਮਾਂ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ, ਤੇ BJP ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਅਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਵਿਰੋਧ ਕਰਾਂਗੇ। ਤੇ ਕੱਲ ਪਿੰਡ ਪਿੱਟੇਵੜ ਦੇ ਵਿੱਚ ਵੀ ਜੋ BJP ਦਾ ਆਗੂ ਜਿਹੜਾ ਆ ਉਹ ਪੰਡਾਲ ਦੇ ਵਿੱਚ ਪੰਡਾਲ ਲੱਗਾ ਹੋਇਆ ਸੀ ਉਹਦੇ 'ਚ ਪ੍ਰਚਾਰ ਕਰਨ ਵਾਸਤੇ ਗਿਆ ਸੀ। ਅਸੀਂ ਰਾਮਤੀਰਥ ਜੋਨ ਦੇ ਸਾਰੇ ਪਿੰਡਾਂ ਦੇ ਆਗੂਆਂ ਨੇ ਤੇ ਪਿੰਡਾਂ ਦੇ ਮਤਲਬ ਸੰਗਤ ਨੇ ਜਿਹੜਾ ਆ ਸ਼ਾਂਤਮਈ ਆਪਣਾ ਬੈਨਰ ਲਾਇਆ ਹੋਇਆ ਸੀ ਵੀ ਆਹ 12 ਮੰਗਾਂ ਨੇ, ਅਸੀਂ ਇਹਨਾਂ 12 ਮੰਗਾਂ ਦੇ ਉੱਤੇ ਸਵਾਲ ਕਰਾਂਗੇ, ਸਾਨੂੰ 12 ਮੰਗਾਂ ਦੇ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਦਿੱਤਾ ਜਾਵੇ ਕਿ ਸਾਡੀਆਂ ਮੰਗਾਂ ਜਾਇਜ਼ ਆ ਕਿ ਨਜਾਇਜ਼ ਆ। ਜੇ ਸਾਡੀਆਂ ਮੰਗਾਂ ਨਜਾਇਜ਼ ਆ ਤੇ ਅਸੀਂ ਤੁਹਾਡਾ ਵਿਰੋਧ ਨਹੀਂ ਕਰਾਂਗੇ, ਜੇ ਤੁਹਾਡੇ ਕੋਲ ਜਵਾਬ ਨਹੀਂ ਇਹਨਾਂ ਦਾ ਹੈਗਾ ਤੇ ਅਸੀਂ ਇਹਨਾਂ ਦੇ ਕਾਲੀਆਂ ਝੰਡੀਆਂ ਵਿਖਾਉਣ ਦੇ ਵਿਰੋਧ ਕਰਾਂਗੇ। ਤੇ ਸ਼ਾਂਤਮਈ ਜਦੋਂ ਵਿਰੋਧ ਕੀਤਾ ਆ ਤੇ BJP ਦੇ ਗੁੰਡਿਆਂ ਨੇ ਜਿਹੜਾ ਆ ਉਹ ਇੱਟ ਰੋੜਾ ਚਲਾਇਆ ਜਹੇਬੰਦੀਆਂ ਦੇ ਆਗੂਆਂ ਤੇ ਪਿੰਡਾਂ ਦੇ ਆਗੂਆਂ ਤੇ ਵੀ, ਉਹਨਾਂ ਤੋਂ ਅਸੀਂ ਆਪਣਾ ਜਿਹੜਾ ਬਚਾਅ ਵੀ ਕੀਤਾ ਆ ਸੱਟਾਂ ਨਾ ਜ਼ਿਆਦਾ ਲੱਗਣਾ, ਤੇ ਫਿਰ ਵੀ ਉਹ ਜਿਹੜਾ ਸਾਰਾ ਵੀਡੀਓ ਦੇ ਵਿੱਚ ਸਾਹਮਣੇ ਆਇਆ ਤੇ ਇਹ ਪਿੱਛੇ ਨਹੀਂ ਹਟੇ ਅਸੀਂ ਪੂਰਾ, ਤੇ ਗਾਲੀ ਗਲੋਚ ਜਿਹੜਾ ਆ ਉਹ ਵੀ ਉਹ ਸਾਹਮਣੇ ਆਉਣ ਡਿਆ ਆ ਵੀਡੀਓ ਦੇ ਵਿੱਚ। ਉਹ ਨੌਜਵਾਨ ਮੁੰਡੇ ਆ ਅਨੂਪ ਸਿੰਘ ਦੇ ਪੋਤਰੇ ਆ ਜਿਹੜੇ ਉਹ ਸ਼ਰੇਆਮ ਗਾਲੀ ਗਲੋਚ ਵੀ ਕਰਨ ਡਏ ਆ ਤੇ ਭਾਜ ਭਾਜ ਕੇ ਜਿਹੜੇ ਆਗੂਆਂ ਦੇ ਰੋਟੇ ਮਾਰਦੇ ਆ। BJP ਦੇ ਸਮਰਥਨ ਹੈਗੇ BJP ਦੇ। ਚਲੋ ਇੱਕ ਮਿੰਟ, ਪਹਿਲਾਂ ਤਾਂ ਪਲੈਨਿੰਗ ਦੇ ਨਾਲ ਸਾਰਾ ਕੁਝ ਕੀਤਾ ਗਿਆ, ਪਹਿਲਾਂ ਉਹ ਵੀ ਕਿਸਾਨ ਨੇ ਕਹਿ ਰਹੇ ਨੇ। ਚਲੋ ਚਲੋ ਕੋਈ ਨਹੀਂ, ਇੱਕ ਮਿੰਟ ਆ ਜਿਹੜੇ ਮਿਲ ਕੇ ਪ੍ਰੀ ਪਲੈਨਿੰਗ ਕਰ ਰਹੇ ਆ ਭਾਜਪਾ ਦੇ ਜਿਹੜੇ ਵੀ ਚੋਣ ਪ੍ਰਚਾਰ ਕਰ ਰਹੇ ਆ, ਇਹ ਟਕਰਾਅ ਹੋਊਗਾ। ਸਾਨੂੰ ਲੱਗਦਾ ਵੀ ਭਾਜਪਾ ਇੰਨੀ ਦੁਖੀ ਆ ਕਿਸਾਨਾਂ ਦੇ ਅੰਦੋਲਨ ਤੋਂ ਤੇ ਉਹ ਕਿਸਾਨਾਂ ਦੇ ਜਿਹੜੇ ਵਰਕਰ ਆ ਜਥੇਬੰਦੀਆਂ ਨੂੰ ਜਾਨੋਂ ਮਾਰਨਾ ਚਾਹੁੰਦੀ ਆ। ਠੀਕ ਹੈ ਜੀ, ਦੇਖੋ ਕਿਸਾਨ ਕਦੀ ਵੀ ਕੋਈ ਕਿਸਾਨ ਮੁਖਵਿੰਦਰ ਸਿੰਘ ਮਾਹਲ ਜੇ ਕਿਸਾਨ ਹੁੰਦੇ ਤਾਂ ਕਹਿੰਦੇ ਵੀ ਜਿਹੜੇ ਸਾਡਾ ਵਿਰੋਧ ਕਰਨਾ ਹੈ ਬਹਿ ਜਾਓ, ਬਹਿ ਕੇ ਮੇਰੇ ਨਾਲ ਗੱਲ ਕਰ ਲਓ, ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਿੰਦਾ ਵਾਂ। ਠੀਕ ਆ, ਔਰ ਤੁਹਾਨੂੰ ਪਤਾ ਹੁਣ ਅਸੀਂ ਨਵਾਂ ਐਲਾਨ ਕੀਤਾ ਜਿਹੜਾ ਗਰੇਵਾਲ ਸਾਹਿਬ ਨੇ ਜਾਂ ਪੰਜਾਬ ਪ੍ਰਧਾਨ ਜਿਹੜੇ ਸੀਗੇ ਆਪਣੇ ਜਾਖੜ ਸਾਹਿਬ, ਉਹਨਾਂ ਕਹਿ ਸਾਡੇ ਨਾਲ ਚਰਚਾ ਕਰ ਲਓ, ਅਸੀਂ ਚਰਚਾ ਕਬੂਲ ਲਈ ਵੀ ਆ ਜਾਓ, ਅਸੀਂ 23 ਤਰੀਕ ਦੀ ਡੇਟ ਰੱਖ ਦਿੱਤੀ ਆ ਵੀ ਆਓ। ਅਸੀਂ ਤਾਂ ਕਿਹਾ ਤੁਸੀਂ ਕਹੋ ਦਿੱਲੀ ਆ ਜਾਂਗੇ, ਤੁਸੀਂ ਕਹੋ ਚੰਡੀਗੜ੍ਹ ਆ ਜਾਂਗੇ, ਤੁਸੀਂ ਪ੍ਰਧਾਨ ਮੰਤਰੀ ਜੀ ਨੂੰ, ਗ੍ਰਹਿ ਮੰਤਰੀ ਜੀ ਨੂੰ, ਖੇਤੀਬਾੜੀ ਮੰਤਰੀ JP ਨੱਡਾ ਜੀ ਨੂੰ ਭਾਲ ਦਿਓ। ਅਸੀਂ ਇਸ ਕਰਕੇ ਮੰਗ ਕੀਤੀ, ਸਾਡੀ ਕੋਲ ਉਹਨਾਂ ਨੂੰ ਮੰਗ ਨਹੀਂ ਹੈਗੀ ਵੀ ਜਦੋਂ ਅਸੀਂ ਥੱਲੇ ਸਵਾਲ ਜਵਾਬ ਕਹਿੰਦੇ ਹਾਂ ਤੇ ਭਾਜਪਾ ਦੇ ਲੀਡਰ ਕਹਿੰਦੇ ਵੀ ਵੱਡੀਆਂ ਮੰਗਾਂ ਨੇ, ਉਤਲੇ ਸਾਡੇ ਬੰਦੇ ਉਤਲੇ ਸੱਦ ਲਓ। ਠੀਕ ਹੈ, ਤੇ ਅਸੀਂ ਤਾਂ ਕਬੂਲ ਨਹੀਂ ਵੀ ਸਾਡੇ ਨਾਲ ਬਹਿ ਕੇ ਚਰਚਾ ਕਰ ਲਓ, ਪ੍ਰੈਸ ਦੀ ਹਾਜ਼ਰੀ ਵਿੱਚ ਚਰਚਾ ਹੋ ਜਾਵੇ ਵੀ ਕਿਹੜੇ ਸਵਾਲ ਜਵਾਬ ਜਾਇਜ਼ ਹੈਗੇ। ਤੇ ਡੈਮੋਕ੍ਰੇਸੀ ਵਿੱਚ ਸਾਡੇ ਬੰਦੇ ਪੀਸਫੁਲੀ ਢੰਗ ਨਾਲ ਉੱਥੇ ਗਏ ਸੀ,
ਵਿਰੋਧ ਕਰ ਰਹੇ ਸੀ, ਕੋਈ ਸਾਡਾ ਟਕਰਾਅ ਦਾ ਕੋਈ ਮਨਸ਼ਾ ਨਹੀਂ ਹੈਗਾ। ਦੇਖੋ ਜਦੋਂ ਕੋਈ ਕਿਸੇ ਪਾਰਟੀ ਦੇ ਉੱਤੋਂ, ਕਿਸਾਨ ਤਾਂ ਸਾਰਾ ਪਿਛੋਕੜ ਕਿਸਾਨਾਂ ਦਾ ਹੋਊ, ਕਿਸੇ ਦਾ ਲੇਬਰ ਜਮਾਤ ਨਾ ਹੋਊ, ਕਿਸੇ ਦਾ ਦੁਕਾਨਦਾਰ ਕਿੱਤੇ ਨਾ ਹੋਊ, ਅੱਡ ਅੱਡ ਕਿੱਤਿਆਂ ਤੋਂ ਆਉਂਦੇ ਹੁੰਦੇ ਆ। ਜਦੋਂ ਉਹ ਸਪੈਸ਼ਲ ਭਾਜਪਾ ਦੇ ਪਿਛਲੀ ਵਾਰ ਚੋਣ ਲੜ ਚੁੱਕੇ ਨੇ, ਠੀਕ ਹੈ, ਐਰਕੀ ਉਹਨਾਂ ਦੇ ਮੁੱਖ ਬੁਲਾਰੇ ਨੇ ਅੰਮ੍ਰਿਤਸਰ ਦੇ, ਤਾਂ ਉਹ ਭਾਜਪਾ ਪਾਰਟੀ ਦੇ ਨੁਮਾਇੰਦੇ ਨੇ, ਕਿਸਾਨ ਬਾਅਦ 'ਚ ਹੋਣਗੇ। ਤਾਂ ਕਿਸਾਨਾਂ ਦੀ ਸਹਾਨੁਭੂਤੀ ਲੈਣ ਵਾਸਤੇ ਇਹ ਗੱਲਾਂ ਕਰਦੇ ਹੀ ਹੁੰਦੇ ਆ। ਹਰ ਇੱਕ ਬੰਦਾ ਆ ਕੇ ਕਹਿੰਦਾ ਮੈਂ ਕਿਸਾਨ ਹਾਂ, ਨਾ ਅਸੀਂ ਇਸ ਰੌਲਾ ਤਾਂ ਇਸ ਗੱਲ ਦਾ ਹੈ ਹੀ ਨਹੀਂ। ਰੌਲਾ ਤਾਂ ਇਸ ਗੱਲ ਦਾ ਵੀ ਜੇ ਵਾਕਿਆ ਕਿਸਾਨ ਹੈਗੇ ਕਿ ਨਹੀਂ ਹੈਗੇ, ਰੌਲਾ ਤਾਂ ਇਹ ਨਹੀਂ ਹੈਗਾ। ਰੌਲਾ ਇਸ ਗੱਲ ਦਾ ਵੀ ਜਦੋਂ ਪੀਸਫੁਲੀ ਢੰਗ ਨਾਲ ਵਿਰੋਧ ਕਰਨ ਗਏ ਆ ਵੀ ਸਾਡੇ ਤੇ ਰੋੜੇ ਕਿਉਂ ਚਲਾਏ ਆ, ਤੁਹਾਡੀ ਹਿਫਾਜ਼ਤ ਵਾਸਤੇ ਪੁਲਿਸ ਪ੍ਰਸ਼ਾਸਨ ਹੈਗਾ। ਜੇ ਪੁਲਿਸ ਨੂੰ ਲੱਗਦਾ ਹੈ ਵੀ ਕਿਸਾਨ ਕੋ ਗਲਤ ਕਰ ਰਹੇ, ਪੁਲਿਸ ਲਾਠੀ ਚਾਰਜ ਕਰਦੀ, ਪੁਲਿਸ ਕੋ ਫੈਸਲਾ ਲੈਂਦੀ। ਆਮ ਪਬਲਿਕ ਭਾਜਪਾ ਦੇ ਜਿਹੜੇ ਉੱਥੇ ਸਮਰਥਨ ਗਏ ਉਹ ਸਾਡੇ ਤੇ ਕੋਈ ਏਟੇ ਰੋਲੇ ਚਲਾਉਣਗੇ। ਪਰ ਭਦੇ ਸਾਹਿਬ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਵਿਰੋਧ ਕਿਉਂ ਕਰਨਾ ਪੈ ਰਿਹਾ ਜੀ? ਕੀ ਪਿੰਡਾਂ ਦੇ ਲੋਕਾਂ ਦੇ ਵਿਸ਼ਵਾਸ ਨਹੀਂ ਆ ਕਿ ਲੋਕ ਜਿਹੜੇ ਭਾਜਪਾ ਦੇ ਨਾਲ ਨਹੀਂ ਖਲੋਣਗੇ, ਵਿਸ਼ਵਾਸ ਨਹੀਂ ਕਿਸਾਨਾਂ ਨੂੰ? ਨਹੀਂ, ਐ ਨਹੀਂ ਹੈਗਾ। ਦੇਖੋ ਕਿੱਥੇ ਲੋਕ ਖਲੋਂਦੇ ਆ, ਲੋਕਾਂ ਦਾ ਜਮਹੂਰੀ ਹੱਕ ਆ, ਇਹਦੇ ਅਸੀਂ ਨਹੀਂ ਹੈਗੇ। ਲੋਕਾਂ ਨੇ ਕਿਹਨੂੰ ਵੋਟ ਪਾਉਣੀ ਆ, ਕਿਹਨੂੰ ਨਹੀਂ ਪਾਉਣੀ, ਉਹਨਾਂ ਦਾ ਨਿੱਜੀ ਮਰਜ਼ਾ। ਸਾਡਾ ਕੰਮ ਹੈ ਵੀ ਜਿੰਨਾ 10 ਸਾਲ ਸੱਤਾ ਦਾ ਆਨੰਦ ਭੋਗਿਆ ਵਾ, ਜਿਹੜੇ ਕਹਿੰਦੇ ਸੀ MSP ਗਰੰਟੀ ਕਾਨੂੰਨ ਬਣਾਵਾਂਗੇ, ਜਿਹੜੇ ਕਹਿੰਦੇ ਸੀ ਲਖੀਮਪੁਰ ਖੀਰੀ ਦਾ ਇਨਸਾਫ ਦੇਵਾਂਗੇ, ਜਿਹੜੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਵੀ ਆਏ ਪਹਿਲੇ ਕੈਬਨਿਟ ਦੀ ਮੀਟਿੰਗ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਂਗੇ, ਜਿਹੜੇ ਗੱਲਾਂ ਕਰਦੇ ਸੀ ਉਹਨਾਂ ਕੋਲੇ ਸਵਾਲ ਕਰਨਾ ਸਾਡਾ ਜਮਹੂਰੀ ਹੱਕ ਆ, ਸਾਡਾ ਅਸੀਂ ਕਰ ਰਹੇ ਹਾਂ। ਦੇਖੋ ਤੁਹਾਡੇ ਕੋਲ ਆਈ ਨਹੀਂ ਗੱਲ, ਅਸੀਂ ਤਾਂ ਹੁਣ ਸਪਸ਼ਟ ਕਰਤਾ ਵੀ ਅਸੀਂ ਵਿਰੋਧੀ ਪਾਰਟੀਆਂ ਨੂੰ ਵੀ ਸਵਾਲ ਕਰਾਂਗੇ। ਇਹਦਾ ਐਲਾਨ ਹੋ ਗਿਆ ਚੰਡੀਗੜ੍ਹ ਦੇ ਵਿੱਚੋਂ ਵੀ ਵਿਰੋਧੀ ਪਾਰਟੀਆਂ ਨੂੰ ਅੱਡ ਕਿਸਮ ਦੇ ਸਵਾਲ ਹੋਣਗੇ ਵੀ WTO ਤੋਂ ਬਾਹਰ ਵਾਸਤੇ, WTO ਤੋਂ ਭਾਰਤ ਨੂੰ ਬਾਹਰ ਆਵੇ, ਕਾਂਗਰਸ ਦਾ ਕੀ ਸਟੈਂਡ ਆ, ਅਕਾਲੀ ਦਲ ਦਾ ਕੀ ਸਟੈਂਡ ਆ, ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆ? ਅਸੀਂ ਤਾਂ ਕਰਤੇ, ਜੇ ਇਹਨਾਂ ਦੀ ਸੱਤਾ ਆਉਂਦੀ ਆਮ ਆਦਮੀ ਪਾਰਟੀ ਜੀ ਗਠਜੋੜ ਦੀ, ਤੇ ਕੀ ਉਹ ਲਖੀਮਪੁਰ ਖੀਰੀ ਦਾ ਇਨਸਾਫ ਸਾਨੂੰ ਕਿਵੇਂ ਦਵਾਉਣਗੇ, ਸ਼ਹੀਦ ਸੁਭ ਕਰਨ ਦਾ ਇਨਸਾਫ ਕਿਵੇਂ ਦਵਾਉਣਗੇ? ਅਸੀਂ ਤਾਂ ਉਹਨਾਂ ਬਾਰੇ ਵੀ ਇਕੁਅਲ ਫੈਸਲਾ ਕਰ ਲਿਆ ਹੈਗਾ। ਨਹੀਂ ਕੋਈ ਦੇਖੋ ਟਕਰਾਅ ਨਹੀਂ ਹੋਊਗਾ, ਹੈਲਦੀ ਡੈਮੋਕ੍ਰੇਸੀ ਹੋਊਗੀ, ਇਹ ਹੈਲਦੀ ਡੈਮੋਕ੍ਰੇਸੀ ਹੋਊਗੀ ਵੀ ਪਹਿਲੀ ਵਾਰ ਦੇਸ਼ ਦੇ ਨਾਗਰਿਕ ਇਸ ਪਾਸੇ ਆਉਣਗੇ, ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸਵਾਲ ਜਵਾਬ ਕਰਨਗੇ। ਪਰ ਭੰਦੇਰ ਸਾਹਿਬ ਜਿਸ ਤਰੀਕੇ ਦਾ ਮਾਹੌਲ ਬਣ ਗਿਆ, ਰੇਲਾਂ ਬੰਦ ਨੇ, ਆਪਣਾ ਹਾਈਵੇ ਬੰਦ ਨੇ, ਉਧਰ ਸਟੇਟ ਦੇ ਵਿੱਚ ਕਿਸਾਨਾਂ ਦਾ ਟਕਰਾਅ ਹੋ ਰਿਹਾ, BJP ਨਾਲ ਟਕਰਾਅ ਹੋ ਰਿਹਾ, ਹੋਰ ਪਾਰਟੀਆਂ ਨਾਲ, ਤਾਂ ਮਾਹੌਲ ਤੁਸੀਂ ਕਿੱਦਾਂ ਦੇਖਦੇ ਹੋ? ਮੈਨੂੰ ਲੱਗਦਾ ਮਾਹੌਲ ਨੂੰ ਕੁਝ ਹੋਊਗਾ, ਸਰਕਾਰ ਜਾਣਬੁੱਝ ਕੇ ਦਹਿਸ਼ਤ ਜਿਹੜੀ ਜਿੱਥੋਂ ਤੱਕ ਹਾਈਵੇ ਬੰਦ ਦਾ ਸਵਾਲ ਆ ਤੇ ਉਹ ਭਾਜਪਾ ਨੇ ਕਰਾਏ ਹੋਏ ਆ, ਪੰਜਾਬ ਦੀ ਬੈਰੀਕੇਡਿੰਗ ਭਾਜਪਾ ਨੇ ਕਰਾਈ ਹੋਈ ਆ, ਸਾਡੀ ਆਰਥਿਕਤਾ ਤੇ ਸੱਟ ਵੱਜ ਰਹੀ ਆ। ਜਿੱਥੋਂ ਤੱਕ ਰੇਲ ਦਾ ਸਵਾਲ ਆ, ਰੇਲ ਕਿਸਾਨਾਂ ਦੀ ਰਿਹਾਈ ਵਾਸਤੇ ਆ, ਪਹਿਲੋਂ ਇਹ 9 ਦਾ ਐਲਾਨ ਸੀਗਾ, ਟਾਈਮ ਮੰਗਿਆ 10 ਦਾ ਕਰਤਾ, 10 ਤੋਂ ਬਾਅਦ 16 ਦਾ, ਜਿਹੜੇ ਵੱਡੇ ਅਫਸਰ ਸਭਾ ਨੇ ਹਰਿਆਣਾ ਸਰਕਾਰ ਦੇ ਉਹ ਟਾਈਮ ਲੈ ਕੇ ਕਹਿੰਦੇ ਸੀ ਵੀ ਤੁਸੀਂ ਕਰ ਲਿਓ ਬਾਅਦ 'ਚ, ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਸਧਾਰਨ ਕਿਸਾਨ ਨੇ, ਉਹਨਾਂ ਨੂੰ ਛੱਡ ਕੇ ਬਾਹਰ ਕਰ ਦਿਓ, ਰੇਲਾਂ ਖਾਲੀ ਕਰ ਦਿੰਦੇ ਹਾਂ। ਮੈਂ ਨਹੀਂ ਲੱਗਦਾ ਸਰਕਾਰ ਜ਼ਿੰਮੇਵਾਰ ਹੋਊ, ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊ। ਆ ਸਾਡਾ ਤੇ ਨੁਕਸਾਨ ਕਰਨ ਦਾ ਕੋਈ ਮਤਲਬ ਨਹੀਂ, ਨਾ ਅਸੀਂ ਕਿਸੇ ਤੇ ਹਮਲਾ ਕਰਨਾ, ਨਾ ਕਿਸੇ ਦਾ ਕੁਛ ਕਰਨਾ। ਕੋਈ ਵੀ ਬੰਦਾ ਆਉਂਦਾ ਉਹਦੇ ਨਾਲ ਬਹਿ ਕੇ ਅਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਵੀ ਸਾਡੇ ਸਵਾਲਾਂ ਦਾ ਜਵਾਬ ਦਿਓ, ਤੇ ਉਦੋਂ ਜਵਾਬ ਦੇਣ ਦੀ ਬਜਾਏ ਬਾਏ ਫੋਰਸ ਜਾਂ ਆਪਦੇ ਗੁੰਡਿਆਂ ਦੇ ਥਰੂ ਧੱਕਾ ਕਰਦੇ। ਤੁਸੀਂ ਦੇਖੋ UP ਦੇ ਵਿੱਚ ਤਾਂ ਜਿਹੜਾ ਅੰਦੋਲਨ ਚਾਹੁੰਦਾ ਉਹਦੇ ਕੋਲ ਐਫੀਡੇਵਿਟ ਲੈਂਦੀ ਹੈ ਯੋਗੀ ਸਰਕਾਰ, ਹਰਿਆਣੇ ਦੇ ਵਿੱਚ 75,000 ਅਰਧ ਸੈਨਿਕ ਫੋਰਸ ਲਾਏ ਹੋਏ ਆ, ਧੱਕਾ ਕੌਣ ਕਰ ਰਿਹਾ, ਕਿਸਾਨ ਕਰ ਰਹੇ ਕਿ ਸਰਕਾਰ ਕਰ ਰਹੀ ਆ?
ਮੈਂ ਤਾਂ ਕਿਹਾ ਆਪਾਂ ਤਾਂ ਹੁਣ ਐਲਾਨ ਕਰਤਾ ਵੀ ਉਹਨਾਂ ਨਾਲ ਵੀ ਵਿਰੋਧ ਹੋਊਗਾ, ਉਹਨਾਂ ਨਾਲ ਵੀ ਸਵਾਲ ਜਵਾਬ ਹੋਣਗੇ। ਮਸਲਨ ਜੇ ਆਮ ਆਦਮੀ ਪਾਰਟੀ ਦੇ, ਅਸੀਂ ਅੱਜ ਤਾਂ ਆਮ ਆਦਮੀ ਤੇ ਇਲਜ਼ਾਮ ਲੱਗ ਰਹੇ ਵੀ ਆਮ ਆਦਮੀ ਪਾਰਟੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਭਾਜਪਾ ਦੀ, ਅਸੀਂ ਸਮਰਥਨ ਕਿਵੇਂ ਹੋ ਸਕਦਾ? ਔਰ ਦੂਜਾ, ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਵੀ, ਉਹਨਾਂ ਦੇ ਖਿਲਾਫ ਸਟੇਟ ਵਿੱਚ ਸੰਘਰਸ਼ ਕੀਤੇ ਆ, ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵੀ ਕੀਤੇ ਆ, ਕਾਂਗਰਸ ਦੇ ਖਿਲਾਫ ਵੀ ਲੜੇ ਆ, ਹਰ ਸਰਕਾਰ ਦੇ ਖਿਲਾਫ ਸਾਡੇ ਦੋ ਦੋ ਚਾਰ ਚਾਰ ਕਿਸਾਨ ਸ਼ਹੀਦ ਹੋਏ ਆ। ਹਾਂ, ਇਹ ਐਂ ਹੀ ਹੁੰਦਾ ਜਦੋਂ ਸੱਤਾ ਦੂਜੇ ਦੀ ਹੋਵੇ, ਦੂਜਾ ਕਹਿੰਦਾ, ਹੁਣ ਤਾਂ ਮੇਰੀ ਗੱਲ ਸਪਸ਼ਟ ਨਹੀਂ ਹੁੰਦਾ, ਉਹ ਕਹਿੰਦੇ ਜੀ ਅਕਾਲੀ ਦਲ ਨੇ ਬਾਲੇ ਆ, ਦੂਜਾ ਕਹਿੰਦਾ ਜੀ ਆਮ ਆਦਮੀ ਨੇ ਬਾਲੇ ਆ, ਤੀਜਾ ਕਹਿੰਦਾ ਜੀ ਆਰ ਐਸ ਐਸ ਦੇ ਬੰਦੇ ਆ, ਚੌਥਾ ਕਹਿੰਦਾ ਜੀ ਕਾਂਗਰਸ ਦੇ ਬੰਦੇ ਆ, ਪੰਜਵਾਂ ਕਹਿੰਦਾ ਜੀ ਪੰਜਾਬ ਦਾ ਅੰਦੋਲਨ ਆ, ਛੇਵਾਂ ਕਹਿੰਦਾ ਜੀ ਇਹ ਖਾਲਿਸਤਾਨੀ ਆ। ਉਹ ਇੱਕ ਟੈਗ ਤਾਂ ਲਾਓ, ਇੱਕ ਦਾ ਜਵਾਬ ਦਈਏ ਅਸੀਂ। ਪਰ ਇਹਦਾ ਹੱਲ ਕੀ ਹੈ? ਜਿਸ ਤਰੀਕੇ ਨਾਲ ਮਾਹੌਲ ਕਾਇਕੀ ਦੇ ਟਕਰਮਾ ਗਿਆ, ਇਹ ਸਭ ਉਹਦੇ ਨਾਲ ਵਿਰੋਧ ਹੀ ਹੋਣ ਲੱਗ ਪਿਆ ਚਾਰੇ ਪਾਸੇ, ਕੋਈ ਬੰਦਾ ਵੀ ਜੋ ਵੀ ਰਸਤੇ ਜਾਂਦਾ ਹੈ ਲੜਾਈ ਝਗੜੇ ਹੁੰਦੀ ਸ਼ੰਕਾ ਹੈ। ਨਹੀਂ, ਬਿਲਕੁਲ ਲੜਾਈ ਝਗੜੇ ਦਾ ਸਵਾਲ ਹੀ ਨਹੀਂ ਹੈਗਾ, ਪੀਸਫੁਲੀ ਹੈਲਦੀ ਡੈਮੋਕਰੇਸੀ ਵਿੱਚ ਸਵਾਲ ਜਵਾਬ ਕਰਨੇ ਨੇ। ਜਿੰਨੇ ਜਿੱਥੋਂ ਦਾ ਇਹ ਮਾਡਲ ਲਿਆ ਕੇ ਸਾਡੇ ਤੇ ਲਾਗੂ ਕਰ ਰਹੇ ਨੇ, ਯੂਰਪ ਦਾ, ਅਮਰੀਕਾ ਦਾ, ਉਹ ਤਾਂ ਸ਼ੱਸ ਕੇ ਜਵਾਬ ਦਿੰਦੇ ਨੇ ਪਬਲਿਕ ਦੇ। ਪਰ ਉਹ ਤੇ ਕਾਮਯਾਬ ਹੋ ਗਏ? ਨਾ ਨਾ, ਉਹਨਾਂ ਫਿਰ ਕਾਮਯਾਬ ਨਹੀਂ ਹੋਏ, ਤੇ ਜੇ ਕਾਮਯਾਬ ਹੋਏ ਹੁੰਦੇ ਯੂਰਪ ਚ ਵਿਰੋਧ ਕਿਉਂ ਹੁੰਦਾ? ਪਰ ਜੇ ਐਸਪੀ ਭਾਈਚਾਰਾ ਸੱਦ ਰਿਹਾ, ਜਨਰਲ ਸੱਦ ਰਿਹਾ, ਪਰ ਲੱਗਦਾ ਨਹੀਂ ਆਪਸੀ ਭਾਈਚਾਰਾ ਪਿੰਡਾਂ ਦੇ ਵਿੱਚ ਖਤਮ ਹੋ ਜਾਊਗਾ? ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਭਾਈਚਾਰਾ ਸਾਡਾ ਕਿਸੇ ਸਾਡੇ ਮਜ਼ਦੂਰਾਂ ਦੀਆਂ ਵੀ ਮੰਗਾਂ ਹੈਗੀਆਂ। ਨਰੇਗਾ ਸੀ, ਕਹਿੰਦੇ 200 ਦਿਨ ਦਿਓ, 700 ਦਿਹਾੜੀ ਦਿਓ, ਬਿਜਲੀ ਬਿੱਲ ਜਿਹੜਾ ਵਾ ਉਹ ਰਿਮੂਵ ਕਰੋ ਦੋਰੇ, ਉਹ ਆਮ ਜਨਤਾ ਦੀ ਮੰਗ ਹੈਗੀ ਆ, ਸਾਰੀਆਂ ਮੰਗਾਂ ਹੈਗੀਆਂ। ਹਾਂ, ਐਸਐਸਪੀ ਦਫ਼ਤਰ ਹੁਣ ਤੁਹਾਡੇ ਤੋਂ ਬਾਅਦ ਜਾਣਾ ਵਾ, ਧਰਨਾ ਲਾਉਣਾ ਵਾ, ਦੇਖਦੇ ਸਰਕਾਰ ਗੱਲਬਾਤ ਕਰਕੇ ਸਾਡੇ ਮਸਲੇ ਦਾ ਹੱਲ ਕਰਦੀ ਕਿ ਨਹੀਂ ਕਰਦੀ। ਦੇਖੋ ਐਸਐਸਪੀ ਨਾਲ ਕੋਈ ਕਿਸੇ ਨਾਲ ਮੀਟਿੰਗ ਹਾਲੇ ਤੱਕ ਨਹੀਂ ਹੋਈ ਹੈਗੀ, ਅਜੇ ਜਾ ਕੇ ਧਰਨਾ ਦੇਣਾ, ਉੱਥੇ ਜਾ ਕੇ ਵੇਖਦੇ ਹਾਂ ਕਿੰਨਾ ਚਿਰ ਸਾਨੂੰ ਬਹਿਣਾ ਪੈ ਰਿਹਾ। ਨਹੀਂ, ਪੁਲਿਸ ਦੀ ਭੂਮਿਕਾ ਛੱਕੀ ਆ, ਪੁਲਿਸ ਦੀ ਭੂਮਿਕਾ ਛੱਕੀ ਆ, ਪੁਲਿਸ ਨਿਰਪੱਖ ਰਹੇ। ਅਸੀਂ ਤੇ ਕਹਿੰਦੇ ਹਾਂ ਲਾਅ ਐਂਡ ਆਰਡਰ ਕੋਈ ਵੀ ਵਿਗਾੜਦਾ, ਪੁਲਿਸ ਕਾਰਵਾਈ ਕਰੇ। ਜੇ ਪੁਲਿਸ ਨੂੰ ਲੱਗਦਾ ਸੀ ਕਿਸਾਨ ਕੋ ਗਲਤ ਕਰ ਰਹੇ, ਪੁਲਿਸ ਐਕਸ਼ਨ ਲੈ ਸਕਦੀ ਸੀ। ਪ੍ਰਾਈਵੇਟ ਭਾਜਪਾ ਦੇ ਗੁੰਡਿਆਂ ਨੇ ਕੋ ਰੋੜੇ ਚਲਾਏ, ਪੁਲਿਸ ਤਾਂ ਵਿੱਚ ਖੜੀ ਆ, ਐਸ ਐਸ ਓ ਸਾਹਿਬ ਖੜੇ ਆ। ਠੀਕ ਹੈ, ਧੰਨਵਾਦ ਭਰਾਓ, ਬੜੀ ਬੜੀ ਮਿਹਰਬਾਨੀ।